साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। ਇਹ ਪਾਤਲਾ ਯੂਨੀਵਰਸਲ ਆਈ ਟੀ ਆਈ ਵਿੱਚ ਕੈਂਪ ਲਾਇਆ ਗਿਆ। ਇਸ 'ਚ ਤਕਰੀਬਨ ਹਜੇ 80 ਤੋਂ 90 ਤੱਕ ਹਜੇ ਸੈਂਪਲਿੰਗ ਹੋ ਗਈ ਅਤੇ ਹੋਲ ਲੱਗ ਰਹੀ ਹੈ। ਪਹਿਲਾਂ ਕਿੰਨੇ ਕੈਂਪ ਲੱਗ ਸਕਦੇ? ਦੇਖੋ ਜੀ, ਆਪਾਂ ਸਾਰੇ ਸਕੂਲਾਂ 'ਚ ਸੈਂਪਲ ਲਗਾ ਤੇ ਤਕਰੀਬਨ 1-2 ਸਕੂਲ ਹੈ ਗਏ, ਉਹ ਡੇਟ ਮੁਤਾਬਕ ਜਿਹੜੀ ਉਹਨਾਂ ਨੂੰ ਡੇਟ ਦਿੱਤੀ ਆ ਉੱਥੇ ਜਾਵਾਂਗੇ ਸੈਂਪਲਿੰਗ ਕਰਨ। ਹਜੇ ਤੱਕ ਤਾਂ ਤਕਰੀਬਨ 2 ਨਿੱਜੀ ਸਕੂਲ ਆ ਜਿਨ੍ਹਾਂ 'ਚ 1-2 ਸਟਾਫ ਅਤੇ ਸਟੂਡੈਂਟ ਆਇਆ ਗਾ, ਬਾਕੀ ਠੀਕ ਹੈ, ਨੈਗੇਟਿਵ ਚੱਲ ਰਿਹਾ ਜੀ। ਲੋਕਾਂ ਨੂੰ ਤਾਂ ਵੱਧੋ ਵੱਧ ਅਪੀਲ ਆ ਵੀ ਆਪਣੀ ਡਿਸਟੈਂਸਿੰਗ ਬਣਾ ਕੇ ਰੱਖੋ, ਫੇਸ 'ਤੇ ਹਮੇਸ਼ਾ ਮਾਸਕ ਰੱਖੋ ਅਤੇ ਹੈਂਡ ਧੋਂਦੇ ਰਹੋ ਅਤੇ ਸੈਨੀਟਾਈਜ਼ ਕਰਦੇ ਰਹੋ ਜੀ। ਮੇਰਾ ਨਾਮ ਰਾਜ ਕੁਮਾਰ, ਮੈਂ ਯੂਨੀਵਰਸਲ ਆਈ ਟੀ ਆਈ ਪ੍ਰਿੰਸੀਪਲ ਗੱਲ ਕਰ ਰਿਹਾ ਹਾਂ। ਅੱਜ ਸਾਡੀ ਸੰਸਥਾ ਵਿੱਚ ਇਹ ਸਿਹਤ ਵਿਭਾਗ ਪਾਤਲਾਂ ਵੱਲੋਂ ਕੈਂਪ ਲਾਇਆ ਗਿਆ ਹੈ। ਇਹ ਕੈਂਪ ਲਾਉਣ ਦਾ ਫਾਇਦਾ ਇਹੀ ਹੈ ਕਿ ਸਰਕਾਰ ਨੂੰ ਪਤਾ ਲੱਗੂ ਕਿ ਜੇ ਕਰੋਨਾ ਦੀ ਸਟੇਜ ਕਿੱਥੇ ਤੱਕ ਪਹੁੰਚੀ ਹੈ, ਕਿੰਨੇ ਕੁ ਲੋਕਾਂ ਤੱਕ ਫੈਲ ਚੁੱਕਾ ਹੈਗਾ, ਤਾਂ ਉਹ ਟਾਈਮ ਤੋਂ ਪਹਿਲਾਂ ਇਹਦੇ ਉਪਰਾਲੇ ਕਰ ਲਿੱਤੇ ਜਾਣਗੇ। ਦੇਖੋ, ਲੋਕਾਂ ਨੇ ਪਹਿਲਾਂ ਵੀ ਇਸ ਦੀ ਮਾਰ ਝੇਲੀ ਹੈ, ਅਗਰ ਲੋਕ ਮਾਸਕ ਨਹੀਂ ਲਾਉਣਗੇ ਤਾਂ ਦੁਬਾਰਾ ਇਸ ਦੀ ਮਾਰ ਝੇਲਣੀ ਪੈ ਸਕਦੀ ਹੈ। ਹੁਣ ਸਰਕਾਰ ਨੂੰ ਤਾਂ ਇਸ ਨੂੰ ਕੰਟਰੋਲ ਕਰਨ ਵਾਸਤੇ ਕੋਈ ਸਖਤ ਫੈਸਲਾ ਲੈਣਾ ਪੈ ਸਕਦਾ ਹੈ। ਉਸ ਸਖਤ ਫੈਸਲੇ ਤੋਂ ਪਹਿਲਾਂ ਇਹ ਹੈ ਕਿ ਅਸੀਂ ਆਪਣਾ ਖੁਦ ਬਚਾਅ ਕਰੀਏ ਅਤੇ ਆਪਣੇ ਪਰਿਵਾਰ ਦਾ ਵੀ ਬਚਾਅ ਕਰੀਏ, ਮਾਸਕ ਲਗਾਈਏ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੀਏ। ਜ਼ਰੂਰੀ ਹੈ ਜੀ ਮਾਸਕ ਲਾਉਣਾ, ਜੇ ਇਹਨੂੰ ਵੱਧ ਤੋਂ ਵੱਧ ਫੈਲਣ ਤੋਂ ਰੋਕਿਆ ਜਾ ਸਕੇ, ਬੱਚੇ ਨੇ ਜਿਹੜੇ ਉਹ ਤੰਦਰੁਸਤ ਰਹਿ ਸਕਣ, ਕਾਲਜਿਸ ਵੀ ਟੈਸਟ ਵੱਧ ਤੋਂ ਵੱਧ ਕਰਵਾਉਣ, ਮਾਸਕ ਲਗਾਉਣਾ ਜ਼ਰੂਰੀ ਹੈ ਛਿੱਕਦੇ ਸਮੇਂ, ਮਤਲਬ ਮਾਸਕ ਤਾਂ ਜ਼ਰੂਰੀ ਹੈ, ਜੇ ਛਿੱਕਦੇ ਹਾਂ ਤਾਂ ਦੂਸਰੇ 'ਤੇ ਵੀ ਇਫੈਕਟ ਪੈਂਦਾ ਹੈਗਾ, ਤਾਂ ਵੀ ਮਾਸਕ ਲਗਾਉਣ, ਹੱਥ ਧੋਣ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।